ਜੇ ਤੁਸੀਂ ਬੜਾ ਪਾਓ ਖਾਓਗੇ ਨਾ ਤੁਹਾਨੂੰ ਯਾਰ ਲੱਗੇਗਾ ਨਹੀਂ ਆਪਣੇ ਯਮਨਾ ਨਗਰ ਦੇ ਵਿੱਚ ਖਾ ਰਹੇ ਹੋ। ਸਟੋਰ ਦਾ ਨਾਮ ਹੈ ਕਿ ਪੂਰਾ ਤੁਹਾਡਾ ਨਾਮ ਹੈ? ਨਹੀਂ ਨਹੀਂ ਸਟੋਰ ਦਾ ਵੀ ਨਹੀਂ ਹੈ ਨਾ ਇਹ ਸਟੋਰ ਦਾ ਨਾਮ ਹੈ। ਮਾਈ ਫਰਸਟ ਬਾਈਟ ਵਿਦ ਮਾਈ ਫੇਵਰਿਟ। ਮੈਂ ਤੁਸੀਂ ਪਹਿਲਾਂ ਆਪਣਾ ਘਰੇ ਕੀਤਾ। ਹਾਂਜੀ ਹਾਂ। ਤੁਹਾਨੂੰ ਵਧੀਆ ਲੱਗਾ ਉਸ ਤੋਂ ਬਾਅਦ ਤੁਸੀਂ ਸੋਚਿਆ ਨਹੀਂ ਹੁਣ ਇਹਨੂੰ ਪ੍ਰੋਫੈਸ਼ਨ ਬਣਾਉਣਾ ਚਾਹੀਦਾ। ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ, ਵੈਲਕਮ ਬੈਕ ਟੂ ਮਾਈ ਨਿਊ ਵਲੌਗ। ਦਿਸ ਸਾਈਡ ਇਜ਼ ਰਮਨਪ੍ਰੀਤ ਸਿੰਘ, ਸੇਖ ਰਿਹਾ ਰਮਨ ਪੰਜਾਬੀ ਤੜਕਾ। ਅੱਜ ਅਸੀਂ ਆਏ ਹਾਂ ਜੀ ਮੇਰਾ ਬਾਜ਼ਾਰ ਕੈਂਪ ਨੀਅਰ ਸਨਾਤਨ ਧਰਮ ਮੰਦਿਰ। ਮੇਰੇ ਪਿੱਛੇ ਦੇਖ ਰਹੇ ਹੋ ਤੁਸੀਂ, ਇੱਥੇ ਹੈਗਾ ਪੇਟ ਪੂਜ਼ਾ ਹੱਬ। ਪੇਟ ਪੂਜ਼ਾ ਹੱਬ ਵੈਸੇ ਸਾਹਮਣੇ ਇੱਕ ਲੇਡੀਜ਼ ਵੀ ਖੜੀ ਹੋਈ ਹੈ, ਜੈਂਟਸ ਵੀ ਖੜੇ ਹੋਏ ਨੇ। ਆਪਾਂ ਦੇਖਾਂਗੇ ਗੱਲਬਾਤ ਕਰਕੇ ਕਿਹਦੇ ਨਾਲ ਹੁੰਦੀ ਹੈ, ਅਤੇ ਮੇਨ ਆਪਾਂ ਦੇਖਾਂਗੇ ਜਿਹਨਾਂ ਕੋਲ ਕੀ ਸ਼ੂਟ ਕਰਨਾ ਆ। ਕਾਫੀ ਵਧੀਆ ਵਧੀਆ ਮੈਨਿਊ ਕਾਰਡ ਦੇਖ ਰਹੇ ਹੋ ਤੁਸੀਂ, ਕਾਫੀ ਵਧੀਆ ਡਿਸਪਲੇ ਹੋਇਆ ਵਾ। ਸਭ ਤੋਂ ਪਹਿਲਾਂ ਇੱਧਰ ਤੁਸੀਂ ਦੇਖੋਗੇ, ਇੱਧਰ ਲਿਖਿਆ ਚੀਜ਼ ਨਾਨ, ਗਾਰਲਿਕ ਨਾਨ, ਛੋਲੇ ਭਟੂਰੇ ਅੰਮ੍ਰਿਤਸਰੀ ਨਾਨ, ਇਹ ਵੀ ਦੇਖਾਂਗੇ। ਉਸ ਤੋਂ ਬਾਅਦ ਇੱਧਰ ਲੱਗਿਆ ਸਾਰਾ ਚਾਈਨੀਜ਼ ਵਾਲਾ, ਸਾਰਾ ਕੁਝ ਕਰਾਂਗੇ। ਆ ਜਾਓ, ਵੀਡੀਓ ਨੂੰ ਸਟਾਰਟ ਕਰਦੇ ਹਾਂ, ਲੈਟਸ ਕਮ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਹੈ ਜੀ? ਮੈਂ ਵਧੀਆ, ਤੁਸੀਂ ਸੁਣਾਓ? ਠੀਕ ਹੈ। ਮੈਮ ਪੇਟ ਪੂਜ਼ਾ ਸਟੋਰ ਦਾ ਨਾਮ ਹੈ ਕਿ ਪੂਜ਼ਾ ਤੁਹਾਡਾ ਨਾਮ ਹੈ? ਨਹੀਂ ਨਹੀਂ ਸਟੋਰ ਦਾ ਵੀ ਨਹੀਂ ਹੈ ਨਾ ਇਹ ਸਟੋਰ ਦਾ ਨਾਮ, ਮੇਰਾ ਨਾਮ ਹੀ ਹੈ। ਤੁਹਾਡਾ ਕੀ ਨਾਮ ਹੈ ਜੀ? ਮੇਰਾ ਨਾਮ ਸ਼ਿਖਾ। ਸ਼ਿਖਾ, ਹਾਂਜੀ। ਸ਼ਿਖਾ ਜੀ ਕੀ ਖਵਾ ਰਹੇ ਹੋ? ਆਪਾਂ ਤੁਹਾਨੂੰ ਪਾਓ ਭਾਜੀ, ਬੜਾ ਪਾਓ, ਸਾਡੇ ਕੋਲ ਨਾ ਚੀਜ਼ ਬੜਾ ਪਾਓ ਹੈ, ਕੈਂਪਸ ਕਿਤੇ ਵੀ ਨਹੀਂ ਹੈ। ਆਪਾਂ ਚੀਜ਼ ਬੜਾ ਪਾਓ, ਹਾਂਜੀ। ਗ੍ਰਿਲ ਬਰਗਰ, ਹਾਂਜੀ ਹਾਂਜੀ, ਸਪ੍ਰਿੰਗ ਰੋਲ ਹੈ, ਪਾਓ ਭਾਜੀ ਹੈ। ਔਰ ਸਾਡੇ ਕੋਲ ਪਾਸਤਾ ਵੀ ਹੈ, ਵਾਈਟ ਸੌਸ ਪਾਸਤਾ, ਰੈਡ ਸੌਸ ਪਾਸਤਾ, ਮਿਕਸ ਸੌਸ ਪਾਸਤਾ, ਇਹ ਤਿੰਨੋਂ ਵੈਰਾਈਟੀ ਤੁਹਾਨੂੰ ਇੱਥੇ ਅਵੇਲੇਬਲ ਮਿਲੇਗੀ। ਮਤਲਬ ਹੋਰ ਮਹੀਨੇ ਤੋਂ ਮਹੀਨਾ ਸਟਾਰਟ ਕਰਾਂਗੇ। ਮਤਲਬ ਸਟਾਰਟ ਕੀਤਾ ਸੀ, ਥੋੜਾ ਰੋਕਾ ਹੋਣਾ ਵਿੱਚ। ਹਾਂਜੀ, ਆਪਾਂ ਦਾ ਨਾ ਕੁਝ ਪ੍ਰੋਬਲਮ ਸੀ ਦੀ, ਉਹਦੇ ਕਰਕੇ ਆਪਾਂ ਬੰਦ ਕਰਤਾ। ਤੁਸੀਂ ਮੈਮ ਕੱਲੇ ਚਲਾ ਰਹੇ ਹੋ ਰੈਸਟੋਰੈਂਟ? ਹਾਂਜੀ ਹਾਂਜੀ, ਕੱਲੇ ਚਲਾ ਰਹੇ ਹਾਂ। ਤੇ ਮੈਮ ਇਹਨਾਂ ਕੁਝ ਜਿਹੜਾ ਤੁਸੀਂ ਦੱਸ ਰਹੇ ਹੋ ਤੇ ਸਾਨੂੰ ਕੀ ਖਵਾਓਗੇ ਇਹਦੇ ਵਿੱਚ? ਮੈਂ ਤੁਹਾਨੂੰ ਪਾਓ ਭਾਜੀ ਪ੍ਰੈਜ਼ੈਂਟ ਕਰਾਂਗੀ। ਸਪ੍ਰਿੰਗ ਰੋਲ ਸਾਡੀ ਸਪੈਸ਼ਲਟੀ ਹੈ, ਸਾਡੇ ਸਪ੍ਰਿੰਗ ਰੋਲ ਦੇ ਬੜੇ ਆਰਡਰ ਲੱਗਦੇ ਨੇ। ਸਪੈਸ਼ਲ ਹੈ ਐਸਾ ਕੋਈ ਸਪੈਸ਼ਲ ਕਿਆ ਮਤਲਬ ਸਮਝਾ ਦੇ। ਮੈਂ ਖੁਦ ਹੀ ਪ੍ਰੀਪੇਅਰ ਕਰ ਰਹੀ ਹਾਂ ਐਕਚੁਅਲੀ। ਆਈ ਐਮ ਬਿਲੋਂਗ ਫੋਰ ਏ ਸ਼ੈਫ ਲਾਈਫ। ਮੈਨੇ ਐਮ ਐਮ ਯੂਨੀਵਰਸਿਟੀ ਸੇ ਕਰੇ ਹਾਂਜੀ, ਹੋਟਲ ਮੈਨੇਜਮੈਂਟ। ਹੋਟਲ ਮੈਨੇਜਮੈਂਟ ਕਰਕੇ ਤੁਸੀਂ ਆਪਣਾ ਕੰਮ ਸਟਾਰਟ ਕੀਤਾ? ਮੈਂ ਐਜ਼ ਅ ਫੈਸ਼ਨ ਮੇਕਰ ਸਟਾਰਟ ਕੀਤਾ। ਪਹਿਲੇ ਕਰਦੇ ਸੀ ਕਿਹੜੇ ਹੋਟਲ ਕਰਕੇ ਆਏ ਹੋ ਜੀ? ਮੈਂ ਸਫਾਇਰ ਹੋਟਲ ਚ ਆਇਆ। ਯਮੁਨਾ ਨਗਰ? ਹਾਂਜੀ ਹਾਂਜੀ, ਯਮੁਨਾ ਨਗਰ ਵਾਲੇ ਸਫਾਇਰ ਹੋਟਲ ਦੇ ਮੈਮ ਤੁਹਾਡੇ ਸਾਹਮਣੇ ਖੜੇ ਹੋਏ ਨੇ, ਜਿਹੜੇ ਕਿ ਤੁਹਾਨੂੰ ਕਾਫੀ ਵਧੀਆ ਚਾਈਨੀਜ਼ ਕੰਟੀਨੈਂਟਲ ਖਵਾ ਰਹੇ ਨੇ। ਆਪਾਂ ਵੀ ਖਾਵਾਂਗੇ, ਸਾਨੂੰ ਕੀ ਖਵਾਓਗੇ ਮੈਮ ਅੱਜ? ਤੁਹਾਨੂੰ ਸਪ੍ਰਿੰਗ ਰੋਲ ਪਾਓ ਭਾਜੀ, ਬੜਾ ਪਾਓ, ਔਰ ਆਪਣੇ ਪਾਸਤਾ ਵੀ ਟ੍ਰਾਈ ਕਰਾਓ। ਪਾਸਤਾ ਤੇ ਮੈਮ ਇੱਕ ਵਾਰੀ ਆਣਾ ਕਿੱਥੇ ਪੈਣਾ ਇਹ ਦੱਸ ਦੋ ਤੁਹਾਨੂੰ। ਤੁਹਾਨੂੰ ਕੈਂਪ 'ਚ ਆਣਾ ਪੈਣਾ, ਮੇਨ ਬਾਜ਼ਾਰ ਸਨਾਤਨ ਧਰਮ ਮੰਦਿਰ ਦੇ ਕੋਲ। ਟਾਈਮਿੰਗ ਕੀ ਰਹਿੰਦੀ ਹੈ ਮੈਮ ਤੁਹਾਡੇ ਕੋਲ ਇੱਥੇ? ਸਾਡੀ ਟਾਈਮਿੰਗ 4 ਤੋਂ 9:30, 4 ਤੋਂ 9:30। ਸੰਡੇ ਮੰਡੇ ਐਵਰੀ ਡੇ ਓਪਨ? ਹਾਂਜੀ। ਮਤਲਬ ਯਾਰ ਤੁਸੀਂ ਟਿੱਕੀ ਦੇਖੋ ਕਿੰਨੀ ਵਧੀਆ ਲੱਗ ਰਹੀ ਹੈ, ਤੇ ਬਰਗਰ ਦਾ ਟੇਸਟ ਕੀ ਹੋਏਗਾ ਉਹ ਦੇਖੋ। ਤੇ ਮੈਮ ਇਹਦਾ ਪ੍ਰਾਈਸ ਕੀ ਰਹਿੰਦਾ ਜੀ ਬਰਗਰ ਦਾ ਐਵਰੀ ਟਿੱਕੀ ਪਾ ਕੇ? 20 ਰੁਪਏ ਸਿਰਫ? ਹਾਂਜੀ। ਮੈਨੂੰ ਲੱਗਦਾ ਬਾਜ਼ਾਰ ਆਪਾਂ ਜਾਵਾਂਗੇ 20 ਰੁਪਏ ਦੀ ਤਾਂ ਇੱਕ ਟਿੱਕੀ ਮਿਲਣੀ ਆ, ਤੁਸੀਂ 20 ਰੁਪਏ ਦਾ ਬਰਗਰ ਖਵਾ ਰਹੇ ਹੋ ਜੀ। ਤੇ ਦੇਖੋ ਆਪਣਾ ਰੈਡ ਸੌਸ ਪਾਸਤਾ ਤਿਆਰ ਹੋ ਰਿਹਾ ਜੀ। ਥੋੜਾ ਟੈਂਗੀ ਹੋਏਗਾ ਟੇਸਟ, ਥੋੜਾ ਸਪਾਈਸੀ ਹੋ ਜਾਏਗਾ। ਅੱਛਾ ਜੀ, ਮਤਲਬ ਜਿਵੇਂ ਦਾ ਵੀ ਹੋਗਾ ਵਧੀਆ ਹੋਏਗਾ। ਹਾਂਜੀ ਹਾਂਜੀ, ਕੀ ਬਾਤ, ਵਧੀਆ ਸੌਸੇਜ ਯੂਜ਼ ਹੋਈਆਂ ਨੇ। ਠੀਕ ਹੈ ਜੀ। ਕੀ ਦੇਖੋ ਯਾਰ ਤੁਸੀਂ, ਆ ਫਾਈਨਲੀ ਲਾਸਟ ਡੇ ਤੇ ਪਹੁੰਚ ਚੁੱਕਾ ਸਾਡਾ ਪਾਸਤਾ ਤਿਆਰ ਹੁੰਦਾ ਆ। ਮੈਂ ਤੁਸੀਂ ਪਹਿਲਾਂ ਆਪਣਾ ਘਰੇ ਕੀਤਾ, ਹਾਂਜੀ ਹਾਂਜੀ, ਤੁਹਾਨੂੰ ਵਧੀਆ ਲੱਗਾ, ਉਸ ਤੋਂ ਬਾਅਦ ਤੁਸੀਂ ਸੋਚਿਆ ਨਹੀਂ ਹੁਣ ਇਹਨੂੰ ਪ੍ਰੋਫੈਸ਼ਨ ਬਣਾਉਣਾ ਚਾਹੀਦਾ। ਤੇ ਆ ਦੇਖੋ ਯਾਰ ਸਾਡੇ ਕੋਲ ਪਾਓ ਭਾਜੀ ਫਾਈਨਲੀ ਪਹੁੰਚ ਚੁੱਕੀ ਹੈ, ਜਿਹਦੇ ਵਿੱਚ 2 ਆਏ ਹੋਏ ਨੇ ਪਾਓ। ਆ ਦੇਖੋ ਕਿੰਨੇ ਵਧੀਆ ਨਾਲ ਆਏ ਹੋਏ ਨੇ ਪਿਆਜ਼, ਤੇ ਇੱਧਰ ਆਈ ਹੋਈ ਆ ਭਾਜੀ। ਜੇ ਤੁਸੀਂ ਥੋੜਾ ਲਾਗੋ ਦੀ ਦੇਖੋਗੇ ਨਾ ਭਾਜੀ ਦੇ ਵਿੱਚ, ਆ ਦੇਖੋ ਇਹ ਪਿਆ ਹੋਇਆ ਬਟਰ, ਅਮੂਲ ਬਟਰ, ਇਹ ਕਾਫੀ ਵਧੀਆ ਲੱਗ ਰਿਹਾ, ਗਰਮ ਪਈ ਹੋਈ ਹੈ। ਹੋਰ ਅੱਧੇ ਮਿੰਟ ਦੇ ਵਿੱਚ ਸਾਰਾ ਬਟਰ ਹੋ ਜਾਣਾ ਖਤਮ, ਸਾਰਾ ਹੋ ਜਾਣਾ ਮਿਕਸ। ਤੇ ਪਹਿਲਾਂ ਆਪਾਂ ਇਹਨਾਂ ਦੀ ਭਾਜੀ ਕੋਈ ਟੇਸਟ ਕਰਕੇ ਦੇਖਦੇ ਕੀ ਕਹਿ ਰਹੀ ਹੈ ਇਹਨਾਂ ਦੀ, ਉਸ ਤੋਂ ਬਾਅਦ ਆਪਾਂ ਦੇਖਾਂਗੇ ਪਾਸਤਾ, ਉਸ ਤੋਂ ਬਾਅਦ ਸਾਡੇ ਬਾਕੀ ਆਰਡਰਸ, ਫਿਰ ਆਪਾਂ ਟੇਸਟ ਕਰਾਂਗੇ। ਤੇ ਆਪਾਂ ਭਾਜੀ ਦੇਖਦੇ ਆ, ਜੋ ਚੀਅਰਸ ਟੂ ਐਵਰੀਵਨ।
स्वाद है, स्वाद है यार। चीज वाला साडा वड़ा पाव आ गया जिधर लाई हुई है फ्राइड मिर्च, ते ए आए ने स्पेशल स्प्रिंग रोल जेडे मैम ने दसा कि असीं अपने आप ट्राई करते अपने आप तैयार करते हैं। सब तो पहला हुण आपां स्प्रेस करांगे, जानते हो क्योंकि तुहानूं पता यार मेरे स्प्रिंग रोल हैगे ने फेवरेट। कोर्नर वाला पीस लवांगे विच दी आउट स्टफिंग देखते हैं, पहला आओ थोड़ा लग गया हो जी स्टफिंग आपां इहदे विच देखांगे। आ देखो वेजिस पई हुई ने ते नाल आई है म्योनीस, नाल आई है चिली सॉस, ते आया ये आई है चोपसी, ये आई है चिली सॉस, ये आई है म्योनीस, ते आपां स्प्रिंग रोल आजो करदे आं टेस्ट। चीयर्स टू एवरीवन, माय फर्स्ट बाइट विद माय फेवरेट फूड। गाइस स्प्रिंग रोल बड़ा स्वाद है, बहुत स्वाद है। एक्साइटेड फॉर चोपसी। स्प्रिंग रोल सानू स्वाद लगे यार, मैं सच्ची दसा स्प्रिंग रोल इन चटा का दिल कर रहा हूं। आप आंदे सीधा पाओ भाजी से, पाओ तुसी देख रहे हो किवें वधिया होए ने। आ देखो मसाला ला के वधिया इन्हां नूं तैयार किया होया, थोड़ा जिहा आपां लवांगे पाओ, थोड़ी जिही लवांगे भाजी, उपर रखांगे छोटा जिहा प्याज, ते प्यार नाल करांगे चीयर्स टू एवरीवन। स्वाद लग रहा है, एवें नहीं लग रहा कि असीं यमुनानगर दे विच बैठ के कुछ खा रहे हैं। फूड की बंदा पहले दो बाइट्स लेके उस तो बाद तुहानू दसेगा ना यार, लेंदा लेंदा बोलदा 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 रुक के खाएगा, ओहदा मतलब पता की है समान बड़ा वधिया यार। बाकी आपां देखदे आ इह रेड सॉस पास्ता, देखण देखो किन्ना वधिया लग रहा है। हुण आपां इहनूं करदे आ टेस्ट, उपर पए होए ने वधिया मसाले। आ जाओ चीयर्स टू एवरीवन। वाह स्वाद है, स्वाद है यार, स्वाद आ रहा है, वधिया लग रहा है। स्प्रिंग रोल ते अपना पहला पसंदीदा फूड है। हुण अपना आ गया जी चीज़ वाला वड़ा पाओ, जिहदे नाल देख रहे हो तुसीं सॉस वक्री है, इहदे नाल सॉस वक्री सी, इहदे नाल सॉसेज वक्रियां सी, नाल आई है फ्राइड मिर्च। ते आपां वड़ा पाओ टेस्ट करदे आ जो, मिर्च स्टफ देख रहे हो तुसीं किवें भरिया होया। प्राइस हैगा इहदा ओनली 30 रुपीज, 30 दा इक है 50 दे दो ने। आ जाओ वाह यार स्वाद है। जब तुम वड़ा पाव खाओगे ना तुम यार लगेगा नहीं अपने यमुनानगर के खा रहे हो, मतलब एवं लगेगा किसी दूसरे शहर च गए हो। जो यमुनानगर का फील लेना तो तुम लगेगा कोई बाहर का टेस्ट साढ़े यमुनानगर च आया, सीरियसली आ रहे ना वधिया लग रहा है। खा सकते हो तुम आके, पास्ता भी खाओ, पास्ता खा सकते हो, पाव भाजी खा सकते हो, वड़ा पाव, ये तीन चार चीज़ें आप देखिए सारी वधिया सी। सो हुण आपां इस वीडियो इत्थे करदे जी खत्म, कमेंट करके दस्सो रिकमेंड किवें दी लगी, नवो लोग कितने शूट करी हो भी जरूर दस्सो, मिलदे ने वीडियो, सानू प्यार भरी सत श्री अकाल, बाय बाय।